ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਲੜੀਵਾਰ ਚੱਲ ਰਿਹਾ ਪ੍ਰੋਗਰਾਮ 1947 ਦਾ ਸੰਤਾਪ। 1947 ਦੇ ਸੰਤਾਪ ਪ੍ਰੋਗਰਾਮ ਦੇ ਤਹਿਤ ਜੋ ਬਜ਼ੁਰਗ ਸਾਡੇ ਆਪਣੇ ਦਾਦੇ ਪੜਦਾਦਿਆਂ ਦੀ ਧਰਤੀ ਨੂੰ ਛੱਡ ਕੇ ਇਸ ਦੇਸ਼ ਦੇ ਵਿੱਚ ਨਵਿਓਂ ਸਿਰੇ ਆ ਕੇ ਜਿਨ੍ਹਾਂ ਨੇ ਆਪਣਾ ਰਹਿਣ ਬਸੇਰਾ ਕੀਤਾ, ਉਹ ਬਜ਼ੁਰਗ ਜਿੱਥੇ ਕਿਤੇ ਵੀ ਸਾਨੂੰ ਪਤਾ ਲੱਗਦਾ ਉਹਨਾਂ ਨੂੰ ਆਪ ਜੀ ਦੇ ਰੂਬਰੂ ਕੌਣ ਲਾਉਣ ਦਾ ਸਾਡਾ ਨਿਮਾਣਾ ਜਿਹਾ ਯਤਨ ਹੈ। ਸੋ ਆਓ ਅੱਜ ਬਜ਼ੁਰਗਾਂ ਦੇ ਪਾਸ ਪੁੱਛੇ ਹਾਂ, ਭਾਈ ਸਾਹਿਬ ਭਾਈ ਨੈਣ ਸਿੰਘ ਜੀ ਉਹਨਾਂ ਦੇ ਨਾਲ ਵਿਚਾਰ ਕਰਦੇ ਹਾਂ 1947 ਦਾ ਸੰਤਾਪ ਇਹਨਾਂ ਨੇ ਆਪਣੇ ਪਿੰਡੇ 'ਤੇ ਕਿੱਦਾਂ ਹੰਡਾਇਆ। ਪਾਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਸਿਹਤ ਠੀਕ ਠਾਕ ਹੈ? ਚਲੋ ਦਿਨ ਟੱਪਣੇ, ਸਿਹਤ ਠੀਕ ਨਹੀਂ ਹੈ। ਨਹੀਂ ਹੈ ਠੀਕ? ਕਮਜ਼ੋਰੀ ਹੈ। ਅੱਛਾ। ਸਿਰਾ ਚੱਕਰ ਹੈ। ਅੱਛਾ। ਅੱਖਾਂ ਨਜ਼ਰ ਨਹੀਂ ਆਉਣਾ। ਅੱਛਾ। ਕੰਨੇ ਨਹੀਂ ਸੁਣਨਾ। ਅੱਛਾ। ਉਮਰ ਬੜੀ ਹੋ ਗਈ। ਕਿੰਨੀ ਉਮਰ ਹੈ? ਉਮਰ 101 ਸਾਲ। 101 ਸਾਲ? ਹਾਂ। ਅੱਛਾ, ਚਲੋ ਵਾਹਿਗੁਰੂ ਕਿਰਪਾ ਕਰਾ ਜੇ ਵੀ ਚੱਲਣੇ ਫਿਰਨੇ ਦੇ ਆ, ਮੈਂ ਦੇਖਿਆ ਤੁਰਨੇ ਸੀ ਆ ਤੁਸੀਂ, ਹੈ ਨਾ, ਸ਼ੁਕਰ ਦਾ ਮਾਲਕ ਨਾ। ਅੱਛਾ ਪਾਪਾ, ਕਿਹੜਾ ਪਿੰਡ ਸਾ ਪਿੱਛੇ ਘਰੇ 'ਚ? ਘਰੇ 'ਚ ਪਿੰਡ ਕਿਹੜਾ ਸਾ ਤੁਹਾਡਾ? ਪਿੰਡਾਂ ਦਾ ਕਾ ਨਾਂ ਸਾ ਤੁਹਾਡੇ ਮਹੱਲੇ ਨਾ? ਮੇਰੇ ਪਿਓ ਨਾ। ਪਿੰਡਾਂ ਨਾ? ਪਿੰਡਾਂ ਨਾ? ਪਿੰਡਾਂ ਨਾ, ਦੇਥਾਨ। ਦੇਥਾਨ? ਆਹੋ। ਜੋ ਪਿੜਕੋਟ ਹੈ ਕੰਨੇ ਸਾ? ਪਿੜਕੋਟ ਪਾਠ ਆਇਆ ਰੰਗੜਾ ਪਾਠ ਦਾ ਦੇਥਾਨ ਉਰਾਰ। ਅੱਛਾ, ਵਿੱਚ ਰੰਗੜ ਸਾ? ਹਾਂ, ਵਿੱਚ ਰੰਗੜ ਸੀ ਨਾ। ਹਾਂ ਹਾਂ। ਵਿੱਚ ਨਦੀ। ਅੱਛਾ। ਅਤੇ ਪਾਠ ਆਇਆ ਪਿੜਕੋਟ, ਉਰਾਰ ਆਇਆ ਦੇਥਾਨ। ਅੱਛਾ ਅੱਛਾ ਅੱਛਾ। ਦੇਥਾਨ ਤੋਂ ਅੱਗੇ ਆਇਆ ਖਾਈ ਗਲਾ, ਖਾਈ ਗਲ ਤੋਂ ਅੱਗੇ ਆਇਆ ਰੌਲਾ ਕੋਟ। ਅੱਛਾ, ਫਰੰਟ ਫਰੰਟ ਇੱਧਰ ਕਰੋ। ਅੱਛਾ ਪਾਪਾ, ਮੱਲੇਰ ਕਿੰਨੇ ਘਰ ਸੇ ਸਾਡੇ ਸਰਦਾਰੇ ਨੇ? ਹੈਂ? ਮੱਲਾ ਚੰਗਾ ਵੱਡਾ ਸਾ? ਮੱਲਾ ਕਿੰਨਾ ਕੁ ਬੜਾ ਸਾ? ਮੱਲਾ ਸਾਰਾ ਮੱਲਾ? ਹਾਂ। ਸਾਰਾ ਮੱਲੇ 'ਚ ਇਕੱਲੇ ਇਕੱਲੇ ਮਕਾਨ ਸਨ। ਅੱਛਾ। ਇੱਕ ਮੇਰਾ ਮਕਾਨ ਸੀ। ਹਾਂ। ਤੇ ਇੱਕ ਜੋਏ ਭਰਾ ਦਾ। ਅੱਛਾ। ਹੀਰੇ ਸਿੰਘ ਦਾ। ਅੱਛਾ। ਮੇਰਾ ਸੱਕਾ ਭਰਾ ਕੋਈ ਨਹੀਂ ਹੈ, ਤਾਏ ਨਾ ਪੁੱਤਰ, ਅਤੇ ਜੁਆ ਬੁੱਧ ਸਿੰਘ, ਬੁੱਧ ਸਿੰਘਾਂ ਦਾ ਪੁੱਤਰ ਇੰਦਰ ਸਿੰਘ। ਤਾਂ ਹੀਰੇ ਸਿਆ ਨਾ ਮੁੰਡੇ ਨਾਲ ਘਰਾਂ ਦਾ? ਹੈਂ? ਹੀਰੇ ਸਿਆ ਨਾ ਮੁੰਡੇ ਨਾਲ ਘਰਾਂ ਦਾ? ਹੀਰੇ ਸਿਆ ਮੁੰਡੇ ਨਾਲ ਨਾਨਕ ਸਿੰਘ ਨਾਂ ਸੀ, ਉਹ ਮਰ ਗਿਆ, ਉਸਦਾ ਪੋਤਾ ਆਇਆ ਇੱਥੇ ਮਸ਼ੀਨਾਂ ਕੋਲ। ਕਹਿਣਾ ਦੱਸ? ਕਹਿਣਾ ਦੱਸ? ਚਲੋ ਕੋਈ ਨਹੀਂ, ਬਾਅਦ ਪੁੱਛੀ ਦਿੰਦੇ ਹਾਂ, ਕੋਈ ਗੱਲ ਨਹੀਂ, ਪੁੱਛੀ ਦਿੰਦੇ ਹਾਂ। ਤਾਂ ਹੋਰ ਕੁਛ ਨਾ ਕਰ ਸਾ ਨਾਲ? ਹੈਂ? ਹੋਰ 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 ਕੋਈ ਗੁਆਂਢੀ ਕੁਛ ਨਾ ਕਰ ਸਾ ਆ? ਹੋਰ ਕੋਲ ਕੁਛ ਨਾ ਕਰ ਸਕੋ? ਗੁਆਂਢੀ ਨਾਂ ਚੇਤੇ ਦਾ ਕੁਛ ਨਾ? ਸਾਰੇ ਨਾਲ ਘਰ ਸੀ, ਰਾਮ ਸਿੰਘ, ਜੀਵਨ ਸਿੰਘ, ਸੁਰਜਨ ਸਿੰਘ। ਅੱਛਾ। ਇਹਨਾਂ ਦੇ ਘਰ ਸਨ ਛਿੰਡੇ ਛਿੰਡੇ ਉੱਪਰ। ਛਿੰਡੇਰ ਸੀ? ਹਾਂ, ਮੱਲੇ ਉੱਪਰ ਨਾ ਸੀ। ਹਾਂ। 100-200, 400-400 ਗਏ ਸੀ। ਅੱਛਾ। ਹਾਂ। ਤਾਂ ਇਹਨੇ ਮੁਸਲਮਾਨਾਂ ਨੇ ਘਰ ਵੀ ਸੀ? ਮੁਸਲਮਾਨਾਂ ਘਰ ਸਾਡੇ ਤੋਂ ਦੂਰ ਸਾ, ਸਖੀ ਮੌਤ ਨਾਂ ਸੀ ਉਸਦਾ। ਸਖੀ ਮੌਤ? ਆਹੋ। ਉਸ ਮੇਰੇ ਪਿਓ ਕੋਲ ਨੌਕਰ ਰਿਹਾ। ਅੱਛਾ। ਪੰਜ ਮਿੰਟ ਸਾਹਿਬ ਮੇਰੇ ਪਿਓ ਦੀ ਉਹ ਮਨੀਮ ਕਰਦਾ ਰਿਹਾ। ਤੁਹਾਡਾ ਪਾਪਾ ਮਨੀ ਮੁਨੀਮ ਸਾਹਿਬ ਸੀ? ਹਾਂ, ਮਾੜੇ ਪਿਓ ਕੋਲ ਮੁਨੀਮ ਸਾਹਿਬ। ਅੱਛਾ, ਤੁਹਾਡਾ ਪਾਪਾ ਕਿਆ ਕਰ ਰਹੇ ਸੀ? ਹੈਂ? ਤੁਹਾਡਾ ਪਾਪੇ ਨਾਲ ਕਿਆ ਕੰਮ ਸਾ ਉੱਥੇ? ਮੇਰੇ ਬਾਪ ਦਾ ਕੰਮ ਸੀ ਜ਼ਿਮੀਂਦਾਰੀ। ਅੱਛਾ। ਅਤੇ ਆਪਣਾ ਕਾਰੋਬਾਰ। ਹਾਂ। ਅਤੇ ਉਹ ਠੀਕ ਸੀ। ਜ਼ਿਮੀਂ ਕਿੰਨੀ ਕੁ ਸੀ ਆ? ਜ਼ਿਮੀਂ ਸਾਡੀ ਸੀ ਕੋਈ 70-80 ਕਨਾਲ। ਅੱਛਾ। ਹਾਂ। ਤਾਂ ਮਾਲ ਡੰਗਰ ਰੱਖੇ ਨਾ ਸਰ? ਹੈਂ? ਮਾਲ ਡੰਗਰ? ਮਾਲ ਡੰਗਰ? ਹਾਂ। ਮੇਰਾ ਪਿਤਾ ਜੀ ਮਰ ਗਏ ਸਨ, ਮੈਂ 4 ਸਾਲ ਦਾ ਸਾਂ, 5 ਸਾਲ ਦਾ। ਅੱਛਾ। ਅਤੇ 6 ਸਾਲ ਦਾ ਸਾਂ, ਮਾਂ ਮਰ ਗਈ। ਹਾਂ। ਸਾਡੇ ਕੋਲ ਸਨ 4 ਮੰਝਾਂ ਅਤੇ ਜੋੜੀ ਜਾਂਦੇ ਜੀ। ਹਾਂ। ਅਤੇ 60-70 ਬੱਕਰੀ। 70 ਬੱਕਰੀ? ਆਹੋ। ਪੇਡਾਂ ਬੱਕਰੀਆਂ? ਅੱਛਾ। ਪੇਡਾਂ ਬੱਕਰੀਆਂ ਜਿਹੜੀਆਂ ਬੱਕਰਵਾਲ ਸੀ, ਇੱਕ ਫਕੀਰ ਬੰਦ, ਉਸ ਕੰਨੇ ਲਈਆਂ ਜੀ, ਉਹ ਚਾਰਨਾ ਸੀ। ਅੱਛਾ। ਉਹ ਸੈਲਾ ਉਹਨੇ ਪਹਾੜੇ ਚੁਣ ਸਾ, ਅਤੇ ਬਰਿਆ ਜਿਹੜੀ ਆਉਂਦੀ ਸੀ ਉਹ ਲੈ ਜਾਂਦਾ ਸਾ ਆਪਣੇ ਪਹਾੜੇ ਮੀਜੀ ਹੈ। ਬੱਕਰੀਆਂ ਨਾਲ ਦੁੱਧ ਮਿਲਣੇ ਸੇ? ਹੈਂ? ਬੱਕਰੀਆਂ ਨਾਲ ਦੁੱਧ ਪੀਣੇ ਸੇ? ਬੱਕਰੀਆਂ ਦੁੱਧ? ਹਾਂ। ਬੱਕਰੀਆਂ ਦੁੱਧ ਕਦਾ ਕਦਾ ਕੋਈ ਮੰਝਣ ਸੀ ਸਾਡੇ ਕੋਲ, ਸਾਡੇ ਮਾਂ ਪਿਓ ਮਰ ਗਏ, ਸਾਡੀ ਤਾਜ ਤਾਜ਼ਾ ਦੋਏ ਆ ਗਏ ਸਾਡੇ ਘਰੇ 'ਚ। ਅੱਛਾ। ਮੇਰੀਆਂ ਸੀਗੀਆਂ 3 ਭੈਣਾਂ ਅਤੇ ਉਹ ਫਿਰ ਉਹਨਾਂ ਚੌੜੀਆਂ ਹੋਈਆਂ ਵਿਆਹ ਦਿੱਤੀਆਂ, ਅਤੇ ਉਹਨਾਂ ਦੇ ਪੁੱਤਰ ਹੈ, ਇੱਕ ਮਾਸਟਰ ਹੈ ਉਹ ਉੱਥੇ ਗਾਂਧੀ ਨਗਰ। ਅੱਛਾ। ਅਤੇ 2 ਪੁੰਛ ਹਨ, ਇੱਕ ਪ੍ਰੋਫੈਸਰ ਹੈ। ਕੀ ਨਾਂ ਦਾ ਉਸ ਨਾਂ ਪ੍ਰੋਫੈਸਰ ਦਾ? ਕੀ ਨਾਂ ਬੱਚੇ? ਅੱਛਾ, ਚਲੋ ਫਿਰ ਪੁੱਛੀ ਨਹੀਂ ਬਾਅਦ 'ਚ। ਅੱਛਾ, ਗੱਲ ਸੁਣਾ ਪਾਪਾ, ਤਾਂ ਜਿਹੜੇ ਅਰਵੰਸ਼ ਅਰਵੰਸ਼
एडवांस बड़े भ्रा दा उन्हें नाम है। अच्छा। ते निक्के दा एक मास्टर है इत्थे डिग्गिया ने। अच्छा। उसने बड़ा कम किया बाहर अमरीका कोठी बनाई। अच्छा। ते बाकी फिर सारा हिसाब किताब है कि मैं निक्के उन्हें मां प्यो मर गए सी। अच्छा, फिर जिम्मेदारी सारी तुहाड़े सिरे आई। हैं? फिर जिम्मेदारी तुस करने रहा? जिम्मेदारी इतना चेता आया ते वो करदे रहे भ्रा साढ़े। हाँ। ते मैं 18 साल दा सा शादी की थी। उत्ते घरें च ही कीतिया? हैं? शादी उत्थे करी उड़ी सी घरें च? घरें। अच्छा। ते मैं शादी करने बाद मैं आप ही जिम्मेदारी की थी। तुहाड़े सोहरा साहब ने का नाम सा? सोहरे ना? हाँ। सोहरे नाम सा जवाहर सिंह। जवाहर सिंह और? हाँ। अच्छा अच्छा, तो और उन्हें किन्ने भरा से जवाहर सिंह और ने? जवाहर सिंह ते फकीर सिंह। अच्छा। ये दो भरा से। अच्छा। हाँ। तुसें जवाहर सिंह ने करा ब्याह कीता ना सा? मैं जवाहर सिंह ने करा। अच्छा अच्छा, तो उत्ते फिर क्या करने रहा? जिम्मेदारी करने रहा? मैं जिम्मेदारी की थी। जोग शोग बनी? हैं? ये जोग 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 हल रखी सी ना? हाँ, जोग। अच्छा। जोग का नाल जिम्मेदारी की थी ते 8 साल 10 साल रहे उसे ना, उसके बाद 47 वीजा लिख लिया है। तस उतों पहले पापा उधर गेने उन्हें से रावलपिंडी गेने उन्हें से? हाँ। रावलपिंडी वगैरह गेने उन्हें से? रावलपिंडी गेने उन्हें से कुछ चक्कर मारे नहीं काम की दिया रावलपिंडी? हैं? उधर रावलपिंडी लाहौर उधर गया क्या पहले? रोल मैं गया रावलपिंडी तक बस। बस आगे पंजाब गया एक बार, वो भैन पैनिया से जो दयाल सिंह का भैन उन्होंने मिलने वास्ते एक बार गया बस। अच्छा, तो उत्थे अपना गुरुद्वारा गुरुद्वारे ने से गए पंजा साहब? पंजा साहब में नहीं गया। हाँ। वो कुरी जलाने नहीं थे। अच्छा। उत्थे गया उन्हें मिल के ते उत्थे पुज्या। अच्छा। ते पीछे शोर रौला पै गया पाण पे ही। हाँ, 47 बीच रस्ता आए। तू कड़े रस्ता आया पुंछ वाले? अस में पुंछा वाले रस्ते इसी रहा। हाँ। तो गल सुना, जिला आया तो माल डंगर खान जुड़ी आया है? माल डंगर मुसलमान दे आया 47 उधर जला रौला पे आना। आहो। उधर आया इसे एक मंगर में ने। अच्छा। अस जिम्मेदारी की थी आया से बसाखा से। हाँ। बसाखा आया जिम्मेदारी के लिए मक्का शक्का रही ते और नवी साल आई सी अच्छो आई ते असी घरों निकले 47 बीच। अच्छा। हाँ। तो पापा जिला तुस निकलिया किन्ना काफला किन्ना सा है किन्ने क बंदे से तुस किन्ने जी से? जिसले लास्ट काफला रौले कोट ला आया उसी आया सारी दुनिया सारी नसी गई सिर्फ मैं एक कला सा उठे। उठे क्या कर रहे से कले? कला में मेरी कोल से मंजा। हाँ। तो मैं उन्हें मंजर में हक में गया मंजर कोई करके सी इन्हीं के सी ते फिर लास्ट काफला जरा आया रौले कोटू मेजर अंग्रेज सिंह ते कर्नल से पलाया ना मेजर खजूरिया हैं मेजर खजूर सिंह ये आए रात ही आए। हाँ। ते सवेरा असी रात रहे मेरे सौरे ने कर मैरा मैरा से थोड़े सोरिए मैरा उठे रहे सारी ये जथा रंगड़ा साहब नींद तक सवेरा असी चले ते सवेरा आए कैरोड पुजे ते असी दो सात बंदे अगे गए थे। हाँ। अगे मैं खजूर सिंह ने मैनू फौज ना ला दिता देवी गलिया चले गए। ओ देवी गली भांति नहीं देवी गलिया उसे चला गए उसे जा देखा एक बंदा फांसी लगा था। ओ क्या खल इतने हरी नहीं। हाँ। वो पाकिस्तान ने लाया ते उसे बर्बादी की दी जिला अस उसे पुजे तो गोली चली पनी चो ते इन्ना फिर किला 3 इंच का मार्टर ना 2 इंच का मार्टर का फायर ते उसे फिर दुनिया नसी ते वो फिर जिला लो नसे ते ये जता फिर पुजे चीरा चीरा फिर ये आए आज लगे ऊपर फवाटिया पटवारिया लक्ष्मी चंदा ने करा कॉल। अच्छा। तब उसको ना फौज मेरे को ना फौज कोई 8 आदमी। अच्छा। तो मैं रास्ता दर्शन गया उठे गया उठे गया जिला साड़ी ये नफरी मदार पर पूजे तो उस वक्त असी उतू चले तो जिसे रंगड़ साड़ी पुंछा नहीं तो पुंछा ना दरिया ते मिलते नहीं उठे आने असी और रात चले तो होना खादा क्या फिर खादा थे ऐसा की है
ਕੋਈ ਖਾਧਿਆ ਰੋਟੀ ਰੂਟੀ ਥਈ ਸੀ ਕੋਈ? ਤੀਜਾ ਦਿਨ ਰੋਟੀ ਖਾਧੀ ਮਾਂ ਜਵੇ ਸੜੇ ਨੇ ਫੁਲਕੇ। ਇੰਨਾ ਚਿਰ ਭੁੱਖੇ ਆਇਆ? ਹੈਂ ਭੁੱਖੇ 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 ਭਾਣੇ ਤਰਾ ਦਿਨ ਪੈਰੇ ਬਹਿਣ ਸਿਆ ਕੀ ਨੰਗੇ ਪੈਰ ਸਿਆ? ਹੈਂ ਪੈਰੇ ਪੂਲਾ ਛੁਲਾ ਬਹਿ ਨਹੀਂ ਸੀ ਨੰਗੇ ਪੈਰ? ਸਾਰੀ ਫੌਜ ਵੀ ਭੁੱਖੀ ਜਾਈ ਨੀ। ਪੈਰ ਨੰਗੇ ਪੈਰ ਆਇਆ? ਨਾ ਮੈਂ ਬੂਟ ਲਗਾ ਸੀ। ਬੂਟ ਥਿਆ ਸਾ ਕਿ ਪੂਲਾ ਸੀ? ਨਾ ਮੈਂ ਪੂਲਾ ਬਾਅਦ ਸੀ ਅਤੇ ਬੂਟ ਆਪਣਾ ਲਗਾਉਣਾ। ਅੱਛਾ ਉਹ ਬੂਟ ਟੁੱਟੀ ਆ ਨਹੀਂ ਚੀਰਾ ਅਤੇ ਉਸੂ ਨੰਗੇ ਪੈਰੇ ਆਇਆ ਤਾਂ ਚੀਰਾ ਹੁਕਮ ਚੰਦਾ ਨਾ ਹੋਟਲ ਥਿਆ ਸਾ? ਹੈਂ ਹੁਕਮ ਚੰਦਾ ਨਾ ਹੋਟਲ ਸਾ ਨਾ ਭਾਪੇ ਹੁਕਮ ਚੰਦਾ ਨਾ ਹੁਕਮ ਚੰਦਾ ਨਾ ਹੋਟਲ ਸਾ ਇਹ ਕੋਰਸ ਹੀ ਹੋਟਲ ਜੋ ਸਾ ਹੋਟਲ ਸਨ ਇਹ ਬੰਦ ਸੀ ਖੁੱਲ੍ਹੇ ਸੀ ਬੰਦ ਉਹ ਪਹਿਲਾਂ ਨਸੀ ਉਹ ਨਾ ਸੀਗੇ ਆਹੋ ਪਹਿਲਾਂ ਨਸੀ ਇਹ ਸੀ। ਅੱਛਾ ਅੱਛਾ ਤਾਂ ਉਸਨੇ ਫਿਰ ਇੱਥੇ ਪੁੰਛ ਪੁੰਛ ਕਿਨਵੇਂ ਦਿਹਾੜਾ ਪੁੱਜਿਆ? ਪੁੰਛ ਅਸੀਂ ਘਰਾਂ ਨਿਕਲੇ ਹੈ ਇਹ ਸਾਰੇ ਜਿਹੜੇ ਬੰਦੇ ਸਨ ਕੋਈ ਚੀਜ਼ ਲੈ ਗਏ ਖੜੀ ਅਤੇ ਮੈਂ ਵੀ ਖੜੀ ਚਲਾ ਗਿਆ। ਮੇਰੀ ਭੈਣ ਸੀ ਖੜੀ ਧਰਮਸ਼ਾਲਾ ਵਿਆਹੀ ਨਹੀਂ। ਅੱਛਾ ਭੈਣ ਵਿਆਹ ਸੀ ਤੁਹਾਡੀ? ਹਾਂ ਉੱਥੇ ਗਿਆ ਉਹ ਮਾਮਾ ਫਕੀਰ ਸਿੰਘ ਬੋਲਿਆ ਹੈ ਢਾਕਾ ਬੱਕਰੀ ਦੇਖੀ ਨਸੀ ਆਏ ਉੱਥੋਂ ਫਿਰ ਰਾਤ ਹੀ ਰਹਿ ਲੈ ਸਵੇਰਾ ਆਏ ਸ਼ਹਿਰ ਚਾਰ ਦਿਨ ਦੇ ਭੁੱਖੇ। ਅੱਛਾ ਉੱਥੇ ਅਸੀਂ ਇੱਕ ਸਾਡੇ ਪਿਤਾ ਜੀ ਦਾ ਦੋਸਤ ਅੱਛਾ ਉਹ ਕਰਦਾ ਸੀ ਹੋਟਲ ਉਸਦਾ ਮੈਨੂੰ ਬਾਂਹ ਪੌੜੀ ਦਾ ਰੋਟੀ ਖਿਲਾਈ ਮੱਕਾ ਨਹੀਂ ਪੋ ਰੋਟੀ ਦਾ ਦਹੀਂ ਨਾਲ ਦਹੀਂ। ਹਾਂ ਅੱਛਾ ਉਹ ਮੈਂ ਦੋ ਰੋਟੀਆਂ ਖਾ ਲਈ ਜਾਂਦਾ ਮੱਕਾ ਨਹੀਂ ਉਹ ਮਾਂ ਜਵੇ ਕਈ ਨਹੀਂ ਕੋਲੀ। ਹਾਂ ਉੱਥੋਂ ਫਿਰ ਅਸੀਂ ਰਹੇ ਸ਼ਹਿਰ ਉਹ ਪੁੰਛ ਪੁੰਛ ਹੈ ਜੇ ਪੁੰਛਾ ਉੱਥੇ ਫਿਰ ਕੁਝ ਦਿਨਾਂ ਬਾਅਦ ਦੋ ਚਾਰ ਦਿਨਾਂ ਬਾਅਦ ਇਹਨਾਂ ਸਕੀਮ ਲਾਈ ਭਾਈ ਨੂਰੀ ਸ਼ੰਭ ਵਾਲੇ ਰਸਤੇ ਅਸੀਂ ਨਿਕਲੀਏ ਸ਼ੰਭ ਵਾਲੇ ਪਾਸਿਆ। ਹਾਂ ਇਹਨਾਂ ਨੂਰੀ ਸ਼ਾਮ ਜਿਹੜਾ ਉੱਧਰ ਬਫਲਿਆਜ ਸੀ ਉੱਪਰ ਹਾਂ ਜਿਹੜਾ ਪੁੰਛ ਅੱਗੇ ਆਹੋ ਜਿਹੜਾ ਅੱਜ ਕੱਲ੍ਹ ਸ਼੍ਰੀਨਗਰ ਅੱਜ ਕੱਲ੍ਹ ਸ਼੍ਰੀਨਗਰ ਰੋਡ ਬਣਿਆ ਉਹਨਾਂ ਇਹ ਸਕੀਮ ਲਾਈ ਤਾਂ ਸਾਰੇ ਉੱਥੇ ਜਿਸਲੇ ਸਕੀਮ ਬਣੀ ਅਤੇ ਉੱਥੇ ਫਿਰ ਨਹੀਂ ਚੱਲੀ ਸਕੇ ਇਹਨੇ ਚੀਜ਼ਾਂ 'ਚ ਬ੍ਰਿਗੇਡੀਅਰ ਪ੍ਰੀਤਮ ਸਿੰਘ ਉਹ ਆਇਆ ਠੀਕ ਇਹ ਆ ਗਿਆ ਫੌਜ ਲੈ ਕੇ ਕੋਈ ਥੋੜ੍ਹੀ ਜਿਹੀ ਉੜੀ ਵਾਲੇ ਪਾਸੇ ਜਿਹੜੇ ਇਸ ਪਾਸੇ ਉੜੀ ਵਾਲੇ ਰਸਤੇ ਆਏ ਅਤੇ ਕੋਈ ਥੋੜ੍ਹੀ ਜਿਹੀ ਫੌਜ ਰਾਹ ਚੜ੍ਹੀ ਉਸ ਵਕਤ ਸਾਢੇ ਪੰਜ ਸੱਤ ਫੌਜੀ ਅਤੇ ਮੈਂ ਇੱਕ ਤਿੰਨ ਚਾਰ ਬੰਦੇ ਹੋਰ ਅਸੀਂ ਚਲੇ ਗਏ ਸਾਂਝਲ ਪੁਲ ਉੱਪਰ। ਅੱਛਾ ਰਫਲ ਰਫਲ ਥਈ ਸੀ ਪੁਲ ਉੱਪਰ ਚਲੇ ਗਏ ਸਾਂਝਲ ਪੁਲ ਸਾੜੀ ਹੋਇਆ ਸਾ ਉਹਨੇ ਮੋੜੀ ਅੱਗੇ ਜਿਹੜਾ ਨਫਰੀ ਅਸੀਂ ਮੋੜਿਆ ਸਾ ਆਈ ਅਸੀਂ ਫੋਨ ਕੀਤਾ ਉਦੋਂ ਫੋਨ ਕਿਹੜਾ ਸਾ ਡੀ ਸੀ ਸੀ ਭੀਮ ਸੈਨ ਨਹੀਂ ਫੋਨ ਕਿਹੜਾ ਕੀਤਾ ਆ ਕਿਹੜਾ ਫੋਨ ਸਾ ਲੈਂਡਲਾਈਨ ਸਾ ਜਾਂ ਵਾਇਰਲੈਸ ਕਿਹੜਾ ਉੱਥੇ ਫਿਰ ਅਸੀਂ ਫੋਨ ਕੀਤਾ ਉਹ ਆਖਦਾ ਕਿ ਮੈਨੂੰ ਨਹੀਂ ਪਤਾ ਕੌਣ ਫੌਜ ਹੈ ਪੁਲ ਨੂੰ ਮਾਰ ਰੋਕ ਲਗਾ ਦਿਓ ਸਾਰਾ ਫੌਜੀ ਸੀ ਭੇਜਿਆ ਕਾਨ ਸਿੰਘ ਇਹ ਤੇਲ ਸੱਟ ਸੱਟਾਂ ਪਾਰ ਕੇ ਉਹਦਾ ਪਾਰਾ ਹੀ ਨਹੀਂ ਅੱਗ ਲਾ ਛੱਡੀ ਪੁਲ ਹੈਗੀ। ਅੱਛਾ ਪੁਲ ਤੁਸੀਂ ਸਾੜਿਆ ਅਤੇ ਉੱਥੋਂ ਫਿਰ ਇਹ ਨਸਣਾ ਉਰਾ ਉਰਾ ਆਏ ਉਰਾ ਉਰਾ ਆ ਕੰਬਲ ਸੱਟ ਕੇ ਲੈ ਅਸੀਂ ਨੱਸ ਗਏ ਫਿਰ ਜੰਗਲ ਵੀ ਫੜ ਗਏ ਉਹ ਫਿਰ ਉੱਥੇ ਜਿਲ੍ਹਾ ਫੌਜ ਆਈ ਲੁਕੀ ਗਈ ਅਤੇ ਉਹ ਫਿਰ ਜਿਲ੍ਹਾ ਉਹਨੇ ਕੋਈ ਰਸਤੇ ਸੱਟੀ ਦੋ ਸਾ ਜੀਫਾਂ ਉਰਾੜ ਦਿੱਤੀਆਂ ਨਾ ਕੋਈ ਥੋੜ੍ਹੀ ਜਿਹੀ ਨਫਰੀ ਲੈ ਕੇ ਤਾਂ ਬ੍ਰਿਗੇਡੀਅਰ ਸਾਹਿਬ ਆ ਗਏ ਅਸੀਂ ਇਹ ਉਪਲਾ ਰਸਤਾ ਪੌੜੀ ਅਤੇ ਪੁੱਜੇ ਦੋ ਬੰਦੇ ਸਾਰੇ ਮਾਰੇ ਗਏ ਰਸਤੇ 'ਚ। ਅੱਛਾ ਅਸੀਂ ਪੁੰਛ ਪੁੱਜੇ ਅਤੇ ਪੁੰਛ ਫਿਰ ਇਹਨਾਂ ਸਕੀਮ ਨਾਲ ਛੜੀ ਬ੍ਰਿਗੇਡੀਅਰ ਨੇ ਜਿੰਨੇ ਫੌਜੀ ਸੀ ਸਭ ਇਕੱਠੇ ਕੀਤੇ ਪੌੜੀ 'ਚ ਲੈ ਕੇ ਤਾਂ ਸਾਰੇ ਇਕੱਠੇ ਕੀਤੇ ਨੌਜਵਾਨ ਪਾਰਟੀ ਸਾਰੀ ਇਹਨਾਂ ਰਫਲਾਂ ਇਸ਼ੂ ਕੀਤੀਆਂ ਫਿਰੋਜ਼ਪੁਰੀ ਉਹ ਤੋੜੇਦਾਰ ਰਫਲਾਂ ਤੁਸੀਂ ਇਹ ਨਹੀਂ ਸੀ ਚਲਾਉਣੀਆਂ ਨਹੀਂ ਸੀ ਹੈਂ ਚਲਾਉਣੀਆਂ ਨਹੀਂ ਸੀ ਤੁਸੀਂ ਹਾਂ ਘਰ ਰੱਖੀ ਨਹੀਂ ਸੀ ਹੈਗੇ ਹੋ ਮੈਂ ਕੋਈ ਚੀਜ਼ ਹੋ ਰਿਹਾ ਜੀ ਉਸ ਤੋਂ ਬਾਅਦ ਫਿਰ ਇਹ ਹੋਇਆ ਕਿ ਸਾਡਾ ਮਲੇਸ਼ੀਆ ਬਣਿਆ ਤੁਸੀਂ ਭਰਤੀ ਹੋਈ ਆ ਮਲੇਸ਼ੀਆ ਬਣਿਆ ਪੰਜ ਸਾਲ ਮਲੇਸ਼ੀਆ ਬਣਿਆ ਮਲੇਸ਼ੀਆ 'ਚ ਅਸੀਂ ਭਰਤੀ ਹੋਈਏ ਸਿਰਫ ਫੌਜੀ ਵੀਜ਼ਾ ਅਸੀਂ ਵੀ ਅੱਛਾ ਅਸਾਂ ਫਿਰ ਸਾਰੀਆਂ ਟਿਕਟਾਂ ਜਿਹੜੀਆਂ ਅਸੀਂ ਨਾਲ ਹੋ ਕੇ ਲਈਆਂ। ਅੱਛਾ ਬੁੜੀ ਪਰ ਤੁਸੀਂ ਸਾਰੀਆਂ ਹਿੰਦੀਆਂ ਇਹ ਜਿਹੜੀ ਪੁੰਛ ਦੇ ਪਿੱਛੇ ਪਾ ਸਾਂਝਾ ਛੱਜਾ ਛੱਜਾ ਅਤੇ ਇਹ ਸਾਂਝ ਪਿਆ ਇਹ ਸਾਰਾ ਅਸੀਂ ਕੰਨੇ ਵੀ ਲਈਆਂ ਅਸੀਂ ਜਾਂਦੇ ਰਹੀਆਂ ਗਾਰਡ ਗਾਰਡ ਭਾਈ ਬਲਵੀਰ ਸਿੰਘ ਅੱਛਾ ਉਹ ਮੇਰਾ ਭੈਣੀ ਦਾ ਸੀ ਅਤੇ ਅੱਜ ਜਾਣੇ ਗਾਰਡ ਜਾਣੇ ਰਹੀਆਂ ਚਾਰ ਆਦਮੀ ਫਤਿਹ ਸਿੰਘ ਦਾ ਬਿਸ਼ਨ ਸਿੰਘ ਮਾਰੇ ਗਏ ਛੱਜੇ ਦੀਆਂ ਪਿਕਟਾਰ ਉਹਨੇ ਪਕਾਲੀ ਹੋਲਟ ਅਤੇ ਸਾਰੇ ਨਾਲ ਸੀ ਮਾਂ ਜਮਾ ਬ੍ਰਿਗੇਡੀਅਰ ਮਾਂ ਸ਼ਰਾਬ ਪੀਤੀ ਨਹੀਂ ਉਹ ਕੋਈ ਹੋਰ ਸਾਹਿਬ ਬ੍ਰਿਗੇਡੀਅਰ ਦੂਸਰੇ ਸ਼ਰਾਬ ਪੀਤੀ ਨਹੀਂ ਸੀ
ਉਹ ਸ਼ਰਾਬ ਪੀਂਦੇ ਹੀ ਭੈਣ ਚੋਲਾ ਅੱਛਾ ਤੇ ਉਹ ਬੋਲਣਾ ਫਰੰਟ ਆਪਾਸ ਵਾਟਾ ਹਸਮਾ ਰੱਬਾਪ ਉਹਨੇ ਫੈਟ ਕੀਤਾ ਤਾਂ ਉਹ ਬ੍ਰਿਗੇਡੀਅਰ ਜਿਹਦਾ ਸੈ ਜਵਾਨ ਸਾਡੇ ਮਾਰੇ ਗਏ ਅਸਾਂ ਫੌਜੀ ਹੁੰਦਾ ਸੀ ਪਿੱਛੇ ਬੱਤੀ ਹੋਣੀ ਸੀ ਉਹ ਬੈਕ ਬੱਤੀਆਂ ਉਹਨੇ ਇਸ਼ਾਰਾ ਕੀਤਾ ਪਿੱਛੇ ਫੌਜ ਨੇ ਹਮਲਾ ਕੀਤਾ ਤੇ ਘੰਟੇ ਫੌਜ ਲੜਾਈ ਚੱਲੀ ਰਹੀ ਬੈਂਟ ਅਤੇ ਖੋਖਰੀ ਅੱਛਾ ਬੈਂਟਾਂ ਕਹਿੰਦੇ ਲੜਿਆ ਤੁਸੀਂ ਬਸ ਉੱਥੇ ਲੰਮੇ ਪੈ ਜਾਂ ਸਾਡੇ ਕੋਲ ਅਵਲੀ ਥੱਲੇ ਗੱਡੇ ਥੱਲੇ ਜਾਣ ਜਿਹੜਾ ਇਹਨੇ ਪਿਕਟ ਲਈ ਅਤੇ ਜਮਦਾਰ ਤੇਜੀ ਸਿੰਘ ਨੇ ਇਹ ਮਲੇਸ਼ੀਆ ਸਾ ਇਸਨੇ ਬੋਲੀ ਹੋ ਜਾ ਜੇਕਰ ਉਹਨੇ ਦੇ ਪਹੁੰਚ ਉੱਪਰ ਬੋਲੇ ਸੋਨਿਆਲ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਜਿਹੜਾ ਉਹਨੇ ਸੋਚਿਆ ਵਾ ਉਹਨੇ ਸਿੱਖ ਪੈ ਗਏ ਨਹੀਂ ਛੋੜਨੇ ਉਹ ਨੱਸ ਗਏ ਮਹਾਰਾਜ ਪੰਜ ਦਿਨ ਅਸੀਂ ਤਿੰਨ ਦਿਨ ਉਹ ਪਿਕਟਾ ਰਹੇ ਹਾਂ ਸੱਜਣੀਆਂ ਸੱਜਣੀਆਂ ਤੀਸਰਾ ਦਿਨ ਆਈ ਬਹੁ ਜਿਹੜੀ ਫੌਜ ਮਰੀ ਸੀ ਉਹਨੇ ਵੀ ਫੌਜ ਉਹ ਰੋੜੀ ਅਸੀਂ ਥੱਲੇ ਕੀਤੀ ਤੇ ਥੱਲੇ ਲੱਗੀ ਸੀ ਤਾਰਾਂ ਅਤੇ ਤਾਰਾਂ ਮਿਲਿਆ ਪਤਾ ਕਾਸ ਆਈ ਫੌਜ ਬਹੁ ਉਹਨਾਂ ਬ੍ਰਿਗੇਡੀਅਰ ਨੇ ਫੋਨ ਕੀਤਾ ਪਿੱਛੇ ਪਾਪਾ ਫੋਨ ਕਿਹੜੇ ਸੀ ਉਦੋਂ ਬੁਲਾ ਕਿਹੜਾ ਫੋਨ ਸਾਹਿਬ ਵਾਇਰਲੈਸ ਮੈਸੇਜ ਵਾਇਰਲੈਸ ਮੈਸੇਜ ਫੋਨ ਮੈਂ ਵਾਇਰਲੈਸ ਮੈਸੇਜ ਦਿੱਤੀ ਉਹਨਾਂ ਪਿੱਛੇ ਅਤੇ ਉਹਦਾ ਫਿਰ ਆਵਾਜ਼ ਯਾਦ ਆਇਆ ਉਸਨੇ ਤੇਲ ਸੁੱਟਿਆ ਤੇਲ ਸੁੱਟ ਕੇ ਲਾ ਕੇ ਗੋਲਾ ਮਾਰਿਆ ਤਾਂ ਉੱਤੇ ਸਾੜੀਆਂ ਸਾਰੀਆਂ ਉਹ ਫਿਰ ਪਲੂਸ਼ਨ ਹੋਈਆਂ ਅਤੇ ਉਹ ਮਾਠੀ ਹੋਈ ਅਤੇ ਉਹ ਫਿਰ ਉੱਥੇ ਰਹਿ ਅਸੀਂ ਸੱਤ ਜਿੰਨੀਆਂ ਪੀਟਾਂ ਲਈਆਂ ਅਸੀਂ ਗੈਰ ਜਾਂਦੇ ਰਹੇ ਹਾਂ ਪਾਪਾ ਤੁਸੀਂ ਕਿੰਨਾ ਚਿਰ ਨੌਕਰੀ ਕੀਤੀ ਮਲੇਸ਼ੀਆ 'ਚ ਮੈਂ 5 ਸਾਲ 8 ਮਹੀਨੇ ਤਾਂ ਮੁੜੀ ਜਿਲ੍ਹਾ ਪੈਨਸ਼ਨ ਆਇਆ ਕਿਲਾ ਪਾਇਆ ਨਹੀਂ ਕਹਾਣੀ ਹੈ ਬਣੀ ਇੱਥੋਂ ਆਇਆ ਜਿਲ੍ਹਾ ਸ਼ੇਖ ਅਬਦੁੱਲਾ ਸਾਡੇ ਇਜਲਾਸ ਆਇਆ ਪਹਿਲੇ ਸੀ ਨਾ ਬਖਸ਼ੀ ਗੁਲਾਮ ਬਖਸ਼ੀ ਗੁਲਾਮ ਸਾਹੋ ਉਸ ਤੋਂ ਬਾਅਦ ਜ਼ਿਲ੍ਹਾ ਇਹ ਆਇਆ ਸਾਡੇ ਇਜਲਾਸ ਇਸਨੇ ਕਾਂਗਰਸ ਨੈਸ਼ਨਲ ਕਾਨਫਰੰਸ ਖੜੀ ਕੀਤੀ ਨੈਸ਼ਨਲ ਕਾਨਫਰੰਸ ਕੀਤੀ ਅਤੇ ਇਸਨੇ ਕਿਹਾ ਭਾਈ ਸਾਰੀਆਂ ਯੂਨਿਟਾਂ ਜਿਹੜੀਆਂ ਮਿਕਸ ਕਰੋ 11 ਦਾ 8 ਬਾਕੀ ਯੂਨਿਟਾਂ ਮਿਕਸ ਕਰੀਏ ਮਲੇਸ਼ੀਆ ਜਿਹੜੇ ਖੜੇ ਹੋਏ ਸੀ ਅੱਛਾ ਅਤੇ ਜ਼ਿਲ੍ਹਾ ਇਹ ਆਇਆ ਇੱਥੇ ਅਸੀਂ ਜਾ ਰਹੇ ਸੀ ਖੇਲਾਂ ਵਿੱਚ ਕਿਆ ਖੇਡੇ ਹੁਣ ਸੀ ਖੇਲਾਂ ਸੀ ਮੇਰੀਆਂ 480 12 ਮੀਲ ਦੀ ਦੌੜ ਉਹ ਮੈਰਾਥਨ 12 ਮੀਲ ਦੀ ਦੌੜ ਮੈਰਾਥਨ ਉਸ ਤੋਂ ਬਾਅਦ ਭਾਈ ਹੋਰ ਕਿਹੜੀ ਗਏ ਕੋ 5-6 ਖੇਡਣੇ ਸਨ ਤੁਹਾਡਾ ਸਰੀਰ ਦੇਖੀ ਲੱਗਣਾ ਤਾਂ ਹੀ ਹਾਂ ਇਹ ਜਿਸਲੇ ਅਸੀਂ ਕਰਨਲ ਲਾਇਆ ਸਾਡੀ ਯੂਨਿਟ ਵਿੱਚ ਉਹ ਬਦਲ ਕੇ ਉਹ ਕਰਨਲ ਜਿਹੜਾ ਪਹਿਲਾਂ ਸੀ ਕਰਨਲ ਹੀ ਆ ਮਹਿੰਦਰ ਸਾਹਿਬ ਹੀ ਬਦਲੀਏ ਇਹ ਕਰਨਲ ਦਾ ਮਹਿੰਦਰ ਸਾਹਿਬ ਨਵੇਂ ਆਏ ਇਸ ਕਰਨਲ ਨੇ ਬ੍ਰਿਗੇਡੀਅਰ ਉਹਦਾ ਉਸ ਕਰਨਲ ਮਿਲੀ ਜਾ ਮਾਂ ਜਿਵੇਂ ਸ਼ੇਖ ਅਬਦੁੱਲੇ ਕਨੇ ਉਹਨੇ ਆ ਗਿਆ ਬਈ ਯੂਨਿਟਾਂ ਮਿਕਸ ਕਰੋ ਇਹ ਮਾਏ ਪਿਓਰ ਹੋਈ ਹੈ ਸਾਰੇ 11 ਵਿੱਚ ਗੋਲੀ ਚੱਲੀ 8 ਵਿੱਚ ਜਿਸਲਾ ਆਇਆ ਕਰਨਲ ਉਸਨੇ ਤਕਲੀਫ ਕੀਤੀ ਅਸੀਂ ਖੇਲਾਂ ਵਿੱਚ ਜਾ ਰਹੇ ਸੀ ਸ਼੍ਰੀਨਗਰ ਅਤੇ ਉਸਨੇ ਤਕਲੀਫ ਕੀਤੀ ਕਿ ਆਪ ਲੋਕ ਸ਼੍ਰੀਨਗਰ ਜਾਏਗੇ ਅਤੇ ਉਹਦੇ ਮਾਮਦਨ ਖਾਣਾ ਬਣੇਗਾ ਖਾਣਾ ਪੜੇਗਾ ਆਖਿਰ ਜਿਹੜਾ ਦਰਬਾਰ ਮੋਟ ਲਗਾ ਉਹਨੇ ਉਸਨੇ ਕਿਹਾ ਭਾਈ ਕੋਈ ਕਿਸੇ ਦੀ ਰਿਪੋਰਟ ਮੈਂ ਹੱਥ ਖੜਾ ਕੀਤਾ ਕਿ ਮੇਰੀ ਹੈ ਮੈਂ ਮੇਰੇ ਨਾਲ ਜਿਹੜੇ ਹੋਰ ਸਨ ਜੱਟ ਰਘਵੀਰ ਸਿੰਘ ਸੁਚੇਤ ਸਿੰਘ ਬਹੁਤ ਸਾਰੇ ਸਨ ਧਿਆਨ ਲੱਗੇ ਤੂੰ ਬੋਲਾ ਸੁੱਖ ਕਰਨੇ ਦੀਆਂ ਤੂੰ ਕਰਨੇ ਦਿਆਂ ਇਹ ਨਹੀਂ ਪਤਾ ਫੌਜ ਕਰਨੇ ਘੱਟੀ ਹੋਣੇ ਹਾਂ ਜਿਹੜਾ ਮੈਂ ਉੱਠੀ ਖੜਾ ਹੋਇਆ ਮੈਂ ਆਉਣ ਲੱਗਾ ਕਿ ਮੈਂ ਜੀ ਆਪਣੇ ਜੋ ਕਹਾ ਕਿ ਮੰਦਰ ਖਾਣਾ ਬਣੇਗਾ ਮੈਂ ਨਹੀਂ ਖਾਵਾਂਗਾ ਫਿਰ ਆਉਣ ਲੱਗਾ ਤੁਮ ਕਹੋ ਸਿਵਲ ਜੇਲ ਭੇਜੇਂਗੇ ਇੱਕ ਵਾਰ ਦੂਈ ਵਾਰ ਤੀਹ ਵਾਰ ਲੱਗ ਗਏ ਮੈਂ ਸਾਹਿਬ ਆਪਣੇ ਸਵਾਲ ਕਾ ਜਵਾਬ ਪੁੱਛਿਆ ਮੈਂ ਉਹ ਨੋਟ ਕਰਾਇਆ ਨੋਟ ਕਰਾ ਕੇ ਆਪਣੇ ਜਵਾਬ ਦਿੱਤਾ ਕਿਸੇ ਕਿਹਾ ਬਾਪ ਨਹੀਂ ਭੇਜ ਸਕਦਾ ਸਿਵਲ ਜੇਲ ਆਪ ਇਨਕੁਆਇਰੀ ਕਰ ਸਕਦੇ ਆਹੋ ਉਸਨੇ ਮੈਨੂੰ ਇਸਾ ਵੇਲਾ ਯੂਨਿਟ ਆਊਟ ਕੀਤਾ ਤਾਂ ਮੇਰੇ ਨਾਲ ਲਾ ਜਿਹੜਾ ਗਾਰਡ ਕਮਾਂਡਰ ਮੋਹਨ ਲਾਲ ਜਾਲੀ ਮੋਹਨ ਲਾਲ ਐਫਸੀ ਮੋਹਨ ਲਾਲ ਅੱਛਾ ਉਹ ਗਾਰਡ ਕਮਾਂਡਰ ਲਾ ਜਿਹੜਾ ਭਾਈ ਇਹ ਤੰਬੂ ਚੋਂ ਬਾਹਰ ਨਹੀਂ ਜਾਏਗਾ ਇਸ ਲਈ ਰੋਟੀ ਇੱਥੇ ਜਾਏਗੀ ਔਰ ਲੈ ਕੇ ਇਸ ਲਈ ਰੋਟੀ ਤੰਬੂ ਜਾਏਗੀ ਕੁਆਟਰ ਗਾਰਡ ਨਹੀਂ ਤੰਬੂ 'ਚ ਤੰਬੂ ਵਿੱਚ ਠਾਈ ਵਾਲਾ ਜੁੜਿਆ ਅਤੇ ਇਸ ਲੈਟਰਿਨ ਜਾਏਗਾ ਤੂੰ ਨਾਲ ਜਾਏਗਾ ਪਿਸ਼ਾਬ ਜਾਏਗਾ ਨਾਲ ਜਾਏਗਾ ਕਿਸੇ ਯੂਨਿਟੇ ਬੰਦੇ ਨਾਲ ਗੱਲ ਨਹੀਂ ਕਰੇਗਾ ਕਿਸੇ ਨਾਲ ਇਹ ਗੱਲ ਨਹੀਂ ਕਰੇਗਾ 2-4 ਦਿਨ ਵਿੱਚ ਆਇਆ 16 ਸਿੰਘ ਦਾ ਸਰਦਾਰ ਸੀ ਲੈਫਟੀਨੈਂਟ ਕਰਨਲ
ਨਾਲ ਲੈਫਟੀਨੈਂਟ ਸਾਹਿਬ ਮੋਹਨ ਲਾਲ, ਉਹ ਲੰਮੇ ਬੋਕਸਿੰਗ ਕੁੰਡੇ ਵਿੱਚ ਸੀ। ਉਹ ਉੱਥੇ ਆਣੀ ਮੈਂ ਦਰਸ਼ਨ ਕਰਦਾ ਸੀ, ਕਾਰ ਖੜੀ ਕੀਤੀ। ਅਗਲਾ ਕਿਆ ਕਰ, ਨੈਣ ਸਿੰਘ ਖੇਲ ਮੈਂ ਜਾਵਾਂਗੇ, ਮੈਂ ਹੱਥ ਮੈਂ ਜਾਵਾਂਗਾ। ਹਾਂ ਮੈਂ 5 ਕਿਲੋ ਪੈ ਗਿਆ, ਮੈਂ ਤੁਮਕੋ ਮਾਰ ਛੱਡਾਂਗਾ। ਮੈਂ ਹਾਂ ਮੈਂ ਲੰਮਾ ਪਾਵਾਂਗਾ, ਤੂੰ ਮਾਰ ਛੱਡੀ। ਮੁੜੀ ਮਹਾਰਾਜ 5ਵੇਂ 6ਵੇਂ ਦਿਨ ਮੈਂ ਕਿਹਾ, ਮੈਂ ਹਾਂ ਮੈਂ ਬ੍ਰਿਗੇਡੀਅਰ ਸਾਹਿਬ ਦੇ ਪੇਸ਼ ਕਰੋ। ਜਨਰਲ ਸੀ ਉਸਦਾ ਡੀ ਐੱਸ ਬਰਾੜ, ਡੀ ਐੱਸ ਬਰਾੜ ਨਾਲ ਮੈਂ ਬੜੇ ਇਸ਼ਕਾਰ ਖੇਡੇ। ਨਹੀਂ ਪਾਪਾ, ਫੌਜ ਤੁਸੀਂ ਨੌਕਰੀ ਇੰਨੀ ਕੀਤੀ ਹੈ, ਉੱਥੇ ਤਾਂ ਫੌਜ ਨੇ ਨੌਕਰੀ ਕੀਤੀ, ਮੁੜੀ ਜੰਮੂ ਬਾਕੀ ਸਾਰੀ ਉਮਰ ਕਾ ਕੰਮ ਕੀਤਾ ਆ। ਮੁੜੀ ਜਿਸਲਾ ਮੈਂ ਉੱਥੋਂ ਜ਼ਿਲ੍ਹਾ ਇਹ ਗੱਲ ਕਹੀ, ਜਿਸ ਮੈਨੂੰ ਰੈਸਟ ਕੱਟ ਛੱਡਿਆ ਕਿ ਇਸ ਨਾ ਕੋਈ ਬਾਅਦ ਮੈਨੂੰ ਕਹਿੰਦਾ ਕਿ ਮੇਰੇ ਸੇ ਮਾਫੀ ਮੰਗ ਲੈ। ਮੈਂ ਮੈਨੂੰ ਮੰਗਣਾ, ਤੁਮਨੇ ਹਮਾਰੇ ਬਾਪ ਕੋ ਗਾਲ ਨਿਕਾਲਾ ਹੈ। ਮੈਂ ਤੁਹਾਰੇ ਬਾਪ ਕੋ ਗਾਲ ਨਹੀਂ ਨਿਕਾਲਾ, ਮੈਂ ਕਿਸੀ ਕਾ ਬਾਪ, ਮੁਝੇ ਜੇਲ ਨਹੀਂ ਭੇਜ ਸਕ ਅਤੇ ਆਪ ਮੁਝੇ ਮਾਫੀ ਮੰਗ ਲਾ। ਮੈਂ ਮਾਂ ਚੱਪਲ ਲਗਨ ਸਰ ਜੁੱਤੀ ਬਗਾਇ ਸਾਡੀ ਜੁੱਤੀ, ਮੈਂ ਮਾੜੀ ਜੁੱਤੀ ਮੰਗ ਲਈ ਮਿਲਾ। ਤੂੰ ਮੰਨਿਆ? ਮੈਂ ਮਾਫੀ ਮੰਗਦਾ। ਆਹ ਨੌਕਰੀ ਕੱਢਣੀ ਹੈ ਨਹੀਂ, ਮੈਂ ਤੇਰੇ ਥੱਲੇ ਨਹੀਂ ਕੱਢੀ। ਆਹ ਲਿਖ ਕੇ ਦਰਖਾਸਤ ਦੇ, ਮੈਂ ਲਿਖੀ ਦਰਖਾਸਤ ਦਿੱਤੀ, ਮੈਨੂੰ ਡਿਸਚਾਰਜ ਕਰ ਛੱਡੇ 12 ਪੱਥਰ। 12 ਪੱਥਰ? ਹਾਂ। ਉਹ ਲੈ ਤਾਂ ਮੁੜੀ ਤਾਂ ਫਿਰ ਕੇ ਕੀਤਾ ਗਿਆ ਹੈ, ਫਿਰ ਜਿਲ੍ਹਾ ਪਿੱਛੇ ਜੰਮੂ ਆਇਆ ਤਾਂ ਨਹੀਂ ਕੰਮ ਕਿਆ ਕਰਨਾ ਰਿਹਾ ਸਾਰੀ ਉਮਰ? ਸੁਣੋ ਨਾ ਗੱਲ, ਨਹੀਂ ਇੱਥੇ ਜੰਮੂ ਆਇਆ, ਇੱਥੇ ਜ਼ਿਲ੍ਹਾ ਆਇਆ ਅਤੇ ਇੱਥੇ ਇਹ ਖਾਲਸਾ ਸੀ, ਇਹ ਥੱਲੇ ਖਾਲਸਾ ਆਵਾਜ਼ ਪਈ। ਮੈਂ ਅੱਗੇ ਦੋ ਸੀ, ਮੈਂ ਪਿਆਂ ਦਾ ਖਾਲਸਾ 70-80 ਨਾਲ ਖਾਲਸਾ ਪੱਟਿਆ ਪੱਟੀ ਖਾਲਸਾ ਪੱਟੀ ਸਾਰੀ ਹੈ, ਸਾਰੀ ਉਹ ਜ਼ਮੀਨ ਪੱਟੀ। ਹਾਂ, ਕਹਿਣ ਸੇ ਖਾਲਸਾ ਖਾਲਸਾ ਸੀ ਸਰਕਾਰੀ, ਸਰਕਾਰੀ ਸਕੂਟਰੀ ਸਕਾਟਰੀ ਸਾੜਿਆ ਸਾੜ ਕੇ ਜਮੇ, ਫਿਰ ਇਹ ਪੱਟੀ ਜਮੀ ਅਤੇ ਮੇਰੇ ਘਰ ਵਾਲੀ ਨੇ ਨਾ ਪਹਿਲੀ ਲਾਟ ਕਰਾਈ, ਪਹਿਲੇ ਇਹਨਾਂ ਦਾ ਮੇਰੇ ਨਾਂ ਕੋਈ ਨਾ ਸੀ। ਮੈਂ ਮਹਾਰਾਜ ਖਾਲਸਾ ਪੁੱਟਿਆ ਪੁੱਟੀ ਮਹਾਰਾਜ, ਅਤੇ ਮੈਂ ਕਣਕ ਸ਼ਣਕ ਲਾਈ ਖੋਬ ਆਇਆ, ਇੱਕ ਤਹਿਸੀਲ ਲਾਟ ਲਾ, ਇੱਕ ਮਹਾਜਵਾ ਵਿਕਟ ਰਾਵਟ ਤਹਿਸੀਲ ਲਾਟ ਸੀ, ਮਿੰਟ ਦਾ ਜਿਹੜਾ ਬਣਿਆ ਸੀ ਨਾ ਉਹ ਮਿਨਿਸਟਰ, ਫਲਾਇਆ ਨਾਂ ਸੀ ਉਸਨਾਂ ਅਸਲਮ ਸੁਰਨਕੋਟਲਾ, ਉਹ ਮਿਨਿਸਟਰ ਬਣਿਆ, ਉਸਦਾ ਰਿਸ਼ਤੇਦਾਰ ਸੀ ਤਹਿਸੀਲ ਲਾਟ, ਉਹ ਮੈਨੂੰ ਜਾਣਦਾ ਸੀ। ਉਹ ਕਹਿਣ ਲੱਗਾ ਗਿਰਦਾਵਰ ਲਿਖ ਲਾ ਪੁੰਛੇ, ਜਿਹਦੇ ਨਾਲ ਪਾਲਾ ਲਾ ਛੱਡਿਆ ਪੁੰਛੀ ਨਹੀਂ ਛੋਨੇ ਖੜਾ, ਅਤੇ ਲਿਖਲ ਬਾਹਰ ਕਿੰਨੀ ਟੋਟਲ ਕਿੰਨੀ ਜ਼ਮੀਨ ਸੀ ਤੁਸੀਂ ਕੋਲ? ਕਿੰਨੀ ਜ਼ਮੀਨ? 32 ਕਨਾਲ ਮੇਰੇ ਨਾਲ ਨਾ, ਫਿਰ ਇਹ ਤੁਸੀਂ ਸਾਰੀ ਜ਼ਿੰਦਗੀ ਜ਼ਿੰਮੇਦਾਰੀ ਸਾਰਿਆ ਲੋੜਿਆ ਮੇਰੇ ਨਾਲ ਪਹਿਲੀ ਕੋਈ ਨਹੀਂ, ਤੁਸੀਂ ਜਨਾਨੀਆਂ ਨਾ ਕਰਾਈ ਸੀ। 32 ਕਨਾਲ ਲਿਖੀ ਗਿਆ ਈਸ਼ਰ ਕੌਰ ਸੀਨਾ ਜੋੜ ਕੁਮਾਰ ਕਾਸ, ਜਿਹੜਾ ਘਰ ਵਾਲੀਆਂ ਨਾਂ ਲਾਟ ਸੀ ਨਾ ਫੇਫੁਰ, ਆਹੋ ਅਤੇ ਉਹ ਲਿਖਿਆ ਕਿ ਈਸ਼ਰ ਕੌਰ ਸੀਨਾ ਜੋੜ ਕਾਸ, ਸੀਨਾ ਜੋੜ ਕਾਸ ਤੋਂ ਆਈਆ ਧੱਕੇ ਕਨੇ। ਹਾਂ, ਉਹ ਫਿਰ ਉਸ ਤੋਂ ਬਾਅਦ ਆਇਆ ਜੋ ਨਵੀਂ ਰਜਿਸਟਰੀ ਹੋਈ ਹੋਈ ਹੈ, ਉਸ ਤੋਂ ਬਾਅਦ ਆਇਆ ਕਾਂਗਰਸੀ, ਇਹ ਕਿੰਨਾ ਪਹਿਲਾ ਨਾਂ ਸੀ, ਇਹ ਆਇਆ ਚੀਫ ਮਿਨਿਸਟਰ ਬਣ ਕੇ ਸਾਰਾ ਜੰਮੂ ਕਸ਼ਮੀਰ ਦਾ, ਇਹ ਪਹਿਲਾ ਨਾਂ ਸੀ ਜਿਹੜਾ ਉਸ ਨਾਂ, ਚਲੋ ਮੀਰ ਕਾਸਿਮ ਸਾਹਿਬ, ਹਾਂ ਮੀਰ ਕਾਸਿਮ, ਮੀਰ ਕਾਸਿਮ ਸਾਹਿਬ, ਮੀਰ ਕਾਸਿਮ ਆਇਆ ਉਸ, ਅਤੇ ਉਸਨੇ ਬੁਲਾਇਆ ਮੇਰੀ ਘਰਵਾਲ ਵੀ ਅਤੇ ਮੈਨੂੰ ਵੀ, ਇਹਨੇ ਬੁਲਾਇਆ, ਬੁਲਾ ਕੇ ਆਉਣ ਲਗਾ, ਇਹ ਤੇਰੇ ਨਾਂ ਇਹ ਪਹਿਲੀ ਜਿਹੜੀ ਇਹ ਤੇਰੇ ਨਾਲ ਅਲਾਟ ਕੀਤੀ ਜਾਵੇਗੀ। ਅੱਛਾ, ਇਹ ਘਰ ਵਾਲੀਆ ਮੇਰੇ ਕਹਿਣ ਲਗਾ, ਉਸਨੇ ਕਿਹਾ ਜੀ ਮੇਰੇ ਕੋਲ ਪਹਿਲੀ ਐਸੀ ਜਿਹੜੀ ਮੈਂ ਬੇਚੀ ਦਾ ਤਿਉਂ ਵਿਆਹ ਦੇਈ ਹੋਣੀ ਆ, ਉਸਨੇ ਉਹ ਪਹਿਲੀ ਚੀਜ਼ ਭਾਈ ਇਹ ਸੀਨਾ ਜੋੜੀ ਕਾਸ ਜਿਹੜੀ ਲਿਖਣੀ ਇਹ ਉਸੇ ਨਾਂ 32 ਕਨਾਲ। ਅੱਛਾ ਅੱਛਾ ਬਾਬਾ, ਸਾਰੀ ਉਮਰ ਤੁਸੀਂ ਜ਼ਿੰਮੇਦਾਰੀ ਕੀਤੀ? ਮੈਂ ਜ਼ਿੰਮੇਦਾਰੀ ਕੀਤੀ, ਹੋਰ ਕੋਈ ਕੰਮ ਨਾ ਕੀਤਾ? ਹੋਰ ਕੋਈ? ਤੁਸੀਂ ਕਿੰਨੇ ਮੁੰਡੇ ਸੀ ਅੱਗੇ, ਮੁੰਡੇ ਕਿੰਨੇ ਦੇ ਆ? ਮੁੰਡੇ 3 ਸੀ। ਹਾਂ, ਅਤੇ ਇੱਕ ਉਸਾ ਪੈਲੀਆ ਵਿੱਚ ਮਾਂ ਜਵੇਲ ਨੇ ਖੇਪੜ ਇਹਨੇ ਗੋਲੀ ਮਾਰੀ ਨੇ ਮਾਰ ਛੱਡਿਆ ਸੀ। ਅੱਛਾ, ਅਤੇ ਮੈਨੂੰ ਇਹ ਦੇਖ ਦੇਖਵੀ ਇਹ ਲੱਤ ਜ਼ਖਮੀ ਫਟ ਵੱਜੇ ਨਾ ਹੈਂ। ਅੱਛਾ, ਉਹ ਮਰ ਗਿਆ ਸੀ ਤਾਂ ਦੂਸਰਾ, ਉਹ ਮਰ ਗਿਆ, ਤੀਸਰਾ ਆਇਆ ਜਿਹੜਾ ਬੜਾ, ਉਹ ਮੇਰੇ ਤੋਂ ਫਰੰਟ ਹੈ। ਅੱਛਾ ਅੱਛਾ, ਉਹ ਮੇਰੇ ਤੋਂ ਬਾਹਰ ਮੇਰੇ ਨਾਲ ਕੁਛ। ਅੱਛਾ ਗੱਲ ਸੁਣਾ ਬਾਬਾ, ਉਸ ਕਾ ਕਿਆ ਨੇ ਹੈਂ, ਘਰਾਂ ਨਾਲ ਚੇਤੇ ਨਾ ਪਿੱਛੇ ਜਿਹੜਾ ਘਰ ਸਾ ਆਪਣਾ ਛੋੜੀ ਆਇਆ ਚੇਤੇ ਨਾ ਆ, ਦਥਾਨ ਨਾ ਚੇਤੇ ਨਾ, ਗੱਛਿਆ ਦਿਲ ਕਰਨਾ ਉਸਨੂੰ ਕਹਿ ਮਿਲਿਆ, ਦਥਾਨ ਦਥਾਨ ਗੱਛਿਆ ਦਿਲ ਕਰਨਾ ਆ, ਹੈਂ ਦਥਾਨ ਗੱਛਿਆ ਦਿਲ ਕਰਨਾ ਆ, ਦਥਾਨ
बुखार बुखार नहीं दथान घरें च गेलिया मुड़ी घरें मुड़ी गेलिया हूं कौन भेजना जा भेजा ते बिल्कुल बिल्कुल दिल कर रहा हां पिछे बने कागज ते मैं पहला नंबर में बना रहा था कि मैं जाऊंगा कि दबी आए ना पहाड़े ने कि पैसे दबी आए ना हैं कि रखी आए ना पहाड़े रे घर में किन्ने चिर जिम्मेदारी दी है मैं घर देखे नहीं अच्छा उस बाद रोले तो बाद में नहीं देखा अच्छा मतलब दिल कर रहा मैं गच्छा घर हाँ करने कोई जुगाड़ तुसें भेजने हैं भेजने तुसें अपना देखी अच्छा गच्छी एक बार मैं करना कौन जाएगा मैं आखा नहीं चाहिए उधर आने मैं कले दौड़ना किस अच्छा खाली दौड़ने से है जीती भी थी गया कोई मैराथन दौड़ जीती भी थी गया या खाली दौड़ने से 800 मीटर था 400 मीटर जीती भी थी गया दौड़े ही मैडल मैडल थे आया मैडल मार्टल मैडल मैडल तकमा मैडल आहो वो क्या होना वो जरा दौड़िया इनाम इनाम लपा से दौड़ने वो नहीं लेते वो सब दौड़े भी से 480 880 नहीं 12 मील दौड़े पुंछ ब्रिगेडियर प्रीतम सिंह ने कराई थी पहला नंबर मेरा दूसरा नंबर एक सी और तीसरा नंबर त्रै नंबर साढ़े मिलिशिया ने असि सारे पहले आए थे अच्छा अस कहीं दौड़े थी फौज पहाड़ी दौड़ वो पहाड़ चलना पहाड़ी दौड़ फिर इतों नमें शहर दौड़े ते अखनूर तक नमें शहर अखनूर अखनूर तक त्रै बंदे गए असी बाकी सब सड़का लम्बे गड्डिया चलिए पापा मैराथन तो उपर होई 30-20-50 किलोमीटर होई मैराथन 42 किलोमीटर होनी 50 किलोमीटर दौड़िया 50 किलोमीटर दौड़िया 50 अखनूर तो जम्मू नमें शहर तो जम्मू तो जम्मू तो अखनूर ये 50 बनी जाना पाड़े पाड़े भी गए ना पाड़े पाड़े गया 12 मील दौड़ अच्छा अच्छा थोड़ा थोड़ा कर ये फिर असी चलो वाहिगुरु कृपा करे तुहाडी लंबी उम्र होवे एक बार तुहानू फिर तुहाडे इलाके लै चलिए हुण मैनू क्या उम्र होसी 101 साल हो गई अजे को होया इत्थे बड़ी बड़ी लंबी उम्र है ना मैं चली सकना फिट दे अजे हिम्मत नहीं हारनी सो सत्संग 1947 दा संताप बजुर्ग जदों बजुर्गों के कोल बैठो बजुर्ग अपनियां दास्तानां दसदे ने अपनी जवानी दे विच कीते कारनामे जो इन्हां ने मल्लां मारियां पापा एक मिंट करूं एक किरपान ते गलास आले ने थिया मेरे को गलास भी है किरपान भी है रखी नहीं मैं देखना ते ओ महाराज किरपान जिला असी झीला द्वारा नहीं पुजे ते मैं दिखी उठा बारह 14-15 बंदे पाकिस्तान दे मुसलमान घेरे च आ गए उस नाल कप्पे पौड़े उन्ने पौड़े दा मैं दसा वाला एक मूह लाल सी ओह कहन लगा उस कहन लगा मैं दसा वा मार इन्हें वो मारे तो बोले किस बिस्मिल्ला जिन्हें बिस्मिल्ला बोले दा मैं कहन लगा तू किरपान कहदे पासे रखेगी मैं जी हुक्म दियो हाँ मारो ਮੈਂ 11 ਬੰਦੇ ਕੱਪੇ ਵਾਈ ਬਾਈ ਬਾਈ ਪਾਪਾ ਤੁਸੀਂ ਚਲੋ ਬਾਬਾ ਹੌਲਾ ਤਾਂ ਇਹੋ ਜਿਹੇ ਸੀ ਸੋ ਸਾਧ ਸੰਗਤ ਬਜ਼ੁਰਗ ਜਿਹੜੇ ਨੇ ਅਤੇ ਇਹਨਾਂ ਦੀਆਂ ਦਾਸਥਾਨਾਂ ਜਿਹੜੀਆਂ ਨੇ ਲੰਬਾ ਸਮਾਂ ਕਿਉਂਕਿ ਬੜਾ ਘੱਟ ਜਿਹੜਾ ਹੈ ਇਹਨਾਂ ਬਜ਼ੁਰਗਾਂ ਦਾ ਉਹ ਬਲਬਲਾ ਉਸ ਸਮੇਂ ਦਾ ਜੋ ਇਹਨਾਂ ਦੇ ਅੰਦਰ ਜਿਹੜੀ ਇਹਨਾਂ ਦੇ ਨਾਲ ਬੀਤੀ ਇਹ ਚਾਹੁੰਦੇ ਨੇ ਵੀ ਵੱਧ ਤੋਂ ਵੱਧ ਦੱਸਿਆ ਜਾਏ ਪਰ ਸਮੇਂ ਦੀ ਸੀਮਾ ਨੂੰ ਮੁੱਖ ਰੱਖ ਕੇ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ ਸੋ ਬੜੀ ਛੇਤੀ ਕਿਸੇ ਹੋਰ ਬਜ਼ੁਰਗ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੋਵਾਂਗੇ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ